ਵੀ ਜਹੇਦਾਰ ਉਹਨਾਂ ਨੂੰ ਅਸੀਂ ਕਤਲ ਦੇ ਕੇਸ 'ਚ ਗ੍ਰਿਫਤਾਰ ਕੀਤਾ ਸੀ। ਉਹਨਾਂ ਦਾ ਪਰਿਵਾਰ ਉਹਨਾਂ ਨੂੰ ਜਦੋਂ ਨਜਾਇਜ਼ ਹਿਰਾਸਤ ਸੀ ਤੇ ਉਹਨਾਂ ਨੂੰ ਮਿਲਦੇ ਰਹੇ, ਉੱਥੇ ਖਾਣਾ ਦਿੰਦੇ ਰਹੇ, ਕੱਪੜੇ ਦਿੰਦੇ ਰਹੇ, ਤੇ ਨਾ ਹੀ ਕਿਸੇ ਪੁਲਿਸ ਅਫਸਰ ਨੂੰ ਸਜ਼ਾ ਮਿਲੀ। ਹੋਰ ਵੀ ਲੋਕ ਉਹਨਾਂ ਦੇ ਨਾਲ ਫੜੇ ਸੀ ਜਿਹੜੇ ਦੂਜੇ ਕੇਸਾਂ 'ਚ, ਉਹ ਵੀ ਉਹਨਾਂ ਦੇ ਨਾਲ ਰਹੇ। ਪਰ 2 ਜਨਵਰੀ 1993 ਨੂੰ ਪੁਲਿਸ ਨੇ ਇੱਕ ਕਹਾਣੀ ਬਣਾ ਲਈ, ਕਹਿੰਦਾ ਸੀ ਵੀ ਉਹਨਾਂ ਨੂੰ ਮਾਰਤਾ, ਖਤਮ ਕਰਤਾ ਗਿਆ। ਉੱਥੇ ਅਸੀਂ ਉਹਨਾਂ ਨੂੰ ਬਰਾਮਦੀ ਲਈ ਲੈ ਕੇ ਗਏ, ਉੱਥੇ ਖਾੜਕੂਆਂ ਨੇ ਹਮਲਾ ਕਰਤਾ ਤੇ ਉਹਦੇ ਵਿੱਚ ਉਹ ਆਪਣੀ ਹੱਥਕੜੀ ਛੁਡਾ ਕੇ ਭੱਜ ਗਏ। ਭੱਜਣ ਵਾਲੀ ਕੋਈ ਕਹਾਣੀ ਹੈਗੀ ਨਹੀਂ। ਹਾਂਜੀ, ਮੈਂ ਸਰਬਜੀਤ ਸਿੰਘ ਵੇਰਕਾ ਜੀ, ਪੰਜਾਬ ਹਿਊਮਨ ਰਾਈਟਸ ਔਰਗਨਾਈਜੇਸ਼ਨ ਤੋਂ। ਇੱਕ ਕੇਸ ਸੀ ਬਹੁਤ ਪੁਰਾਣਾ, 1992-93 ਦਾ। ਉਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਜਿਹੜੇ ਸੀ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ, ਉਹਨਾਂ ਨੂੰ 25 ਦਸੰਬਰ 1992 ਨੂੰ ਉਹਨਾਂ ਦੇ ਪਿੰਡ ਤੋਂ, ਕੌਂਕੇ ਕਲਾਂ ਤੋਂ ਹੀ, ਇੰਸਪੈਕਟਰ ਗੁਰਮੀਤ ਸਿੰਘ ਜਿਹੜਾ SHO ਸਦਰ ਜਗਰਾਉਂ ਦੇ ਸੀ, ਉਹ ਉਹਨਾਂ ਨੂੰ ਉੱਥੋਂ ਘਰੋਂ ਚੁੱਕ ਕੇ ਲੈ ਗਏ ਸੀ। ਫਿਰ ਥੋੜ੍ਹੇ ਦਿਨ ਉਹਨਾਂ ਨੂੰ ਥਾਣੇ ਜਗਰਾਉਂ 'ਚ ਰੱਖਿਆ ਗਿਆ ਅਤੇ ਫਿਰ ਥੋੜ੍ਹੇ ਦਿਨ ਹੀ ਉਹਨਾਂ ਨੂੰ CI ਸਟਾਫ ਜਗਰਾਉਂ 'ਚ ਰੱਖਿਆ ਗਿਆ। ਉਹ ਤੋਂ ਬਾਅਦ 'ਚ ਉਹਨਾਂ ਦਾ ਕੋਈ ਥਾਉ ਪਤਾ ਨਹੀਂ। ਪਹਿਲਾਂ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਜਦੋਂ ਨਜਾਇਜ਼ ਹਿਰਾਸਤ 'ਚ ਸੀ ਤੇ ਉਹਨਾਂ ਨੂੰ ਮਿਲਦੇ ਰਹੇ, ਉੱਥੇ ਖਾਣਾ ਦਿੰਦੇ ਰਹੇ, ਕੱਪੜੇ ਦਿੰਦੇ ਰਹੇ। ਹੋਰ ਵੀ ਲੋਕ ਉਹਨਾਂ ਦੇ ਨਾਲ ਫੜੇ ਸੀ ਜਿਹੜੇ ਦੂਜੇ ਕੇਸਾਂ 'ਚ, ਉਹ ਵੀ ਉਹਨਾਂ ਦੇ ਨਾਲ ਰਹੇ। ਪਰ 2 ਜਨਵਰੀ 1993 ਨੂੰ ਪੁਲਿਸ ਨੇ ਇੱਕ ਕਹਾਣੀ ਬਣਾ ਲਈ ਵੀ ਜਥੇਦਾਰ ਉਹਨਾਂ ਨੂੰ ਅਸੀਂ ਇੱਕ ਕਤਲ ਦੇ ਕੇਸ 'ਚ ਗ੍ਰਿਫਤਾਰ ਕੀਤਾ ਸੀ। ਉਹਨਾਂ ਨੇ ਸਾਨੂੰ ਦੱਸਿਆ ਵੀ ਉਹਨਾਂ ਨੇ ਕੋਈ ਹਥਿਆਰ ਲੁਕੋਏ ਆ, ਕੰਨੀਆਂ ਪਿੰਡ ਹੀ ਸਤਲੁਜ ਕੱਢੇ ਦੇ, ਅਤੇ ਉੱਥੇ ਅਸੀਂ ਉਹਨਾਂ ਨੂੰ ਬਰਾਮਦੀ ਲਈ ਲੈ ਕੇ ਗਏ। ਉੱਥੇ ਖਾੜਕੂਆਂ ਨੇ ਹਮਲਾ ਕਰਤਾ ਅਤੇ ਉਹਦੇ ਵਿੱਚ ਉਹ ਆਪਣੀ ਹੱਥਕੜੀ ਛੁਡਾ ਕੇ ਭੱਜ ਗਏ। ਉਹ ਕੇਸ 1992-93 'ਚ ਇਹਨਾਂ ਨੇ ਇੱਕ FIR ਹੋਰ ਦਰਜ ਕਰਤੀ ਪੁਲਿਸ 'ਤੇ ਹਮਲਾ ਕਰਨ ਦੀ ਅਤੇ ਉਹਨਾਂ ਨੂੰ ਛੁਡਾ ਕੇ ਖੜਨ ਦੀ। ਅਤੇ 2 ਕੇਸ ਸੀ, ਇੱਕ ਪਹਿਲਾਂ ਮਰਡਰ ਦਾ ਜਿਹੜਾ ਉਹਨਾਂ 'ਤੇ, ਜਿਹਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਦਿਖਾਇਆ ਸੀ, ਦੂਸਰਾ ਹੈਗਾ ਸੀ ਉਹਨਾਂ ਦੇ ਭੱਜਣ ਬਾਰੇ। ਇਹ ਜਦੋਂ ਬਾਅਦ 'ਚ ਪਰਿਵਾਰ ਨੂੰ ਇਹ ਇਨਫੋਰਮੇਸ਼ਨ ਇਲਾਕੇ ਵਾਲੇ ਸਾਰਿਆਂ ਨੂੰ ਹੈਗੀ ਸੀ ਵੀ ਉਹਨਾਂ ਨੂੰ ਮਾਰਤਾ ਗਿਆ, ਕਿਉਂਕਿ ਜਿਹੜੇ ਨਾਲ ਲੋਕ ਉੱਥੇ ਫੜੇ ਸੀ ਉਹਨਾਂ ਨੇ ਉਹਨਾਂ ਨੂੰ ਸਾਰੇ ਹਾਲਾਤ ਅੰਦਰਲੇ ਦੱਸੇ, ਭੱਜਣ ਵਾਲੀ ਕੋਈ ਕਹਾਣੀ ਹੈਗੀ ਨਹੀਂ। ਅਤੇ ਉਹ ਉੱਥੇ ਉਹਨਾਂ ਨੇ ਪਿੰਡ ਵਾਲਿਆਂ ਨੇ, ਪਰਿਵਾਰ ਨੇ ਉਹਨਾਂ ਦੇ ਅੰਤਮ ਅਰਦਾਸ ਕੀਤੀ, ਭੋਗ ਵੀ ਪਾਏ। ਉਹਦੇ ਵਿੱਚ ਵੱਡੇ ਵੱਡੇ ਲੀਡਰ ਜਿਹੜੇ ਬਾਦਲ, ਮਾਨ, ਟੌੜਾ ਸਾਰੇ ਉੱਥੇ ਗਏ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਦੋਂ ਮੰਗ ਉੱਠਦੀ ਰਹੀ ਵੀ ਉਹਨਾਂ ਦੇ ਜਿਹੜੀ ਉਹਨਾਂ ਨੂੰ ਚੁੱਕਣ ਬਾਰੇ, ਨਜਾਇਜ਼ ਹਿਰਾਸਤ 'ਤੇ ਜਿਹੜਾ ਤਸੱਦਦ ਕਰਕੇ ਕਤਲ ਕਰਨ ਬਾਰੇ ਜਿਹੜੀ ਇਨਕੁਆਇਰੀ ਹੋਵੇ। ਫਿਰ ਜਦੋਂ ਅਕਾਲੀ ਗੌਰਮੈਂਟ 1997 'ਚ ਆਈ ਹੈ, 98 ਦੇ ਵਿੱਚ ਜਿਹੜਾ ਵਾ ਇਹਨਾਂ ਨੇ ਇਨਕੁਆਇਰੀ ਮਾਰਕ ਕੀਤੀ, ਸ਼੍ਰੀ BP ਤਿਵਾੜੀ ਐਡੀਸ਼ਨਲ DGP ਪੰਜਾਬ, ਉਹਨਾਂ ਨੇ ਇਸ ਕੇਸ ਦੀ ਇਨਕੁਆਇਰੀ ਕੀਤੀ। ਉਹਦੇ ਵਿੱਚ ਉਹਨਾਂ ਨੇ ਰਿਪੋਰਟ ਆਪਣੀ ਸਬਮਿਟ ਕਰਤੀ ਸੀ, ਪਰ ਉਹ ਰਿਪੋਰਟ ਕਦੀ ਵੀ ਜਨਤਕ ਨਹੀਂ ਹੋਈ ਅਤੇ ਨਾ ਹੀ ਉਹਦੇ 'ਤੇ ਕੋਈ ਕਾਰਵਾਈ ਹੋਈ ਸੀ ਅਤੇ ਨਾ ਹੀ ਜਥੇਦਾਰ ਉਹਨਾਂ ਬਾਰੇ ਪਤਾ ਲੱਗਾ ਸੀ ਕੋਈ ਵੀ ਉਹਨਾਂ ਦੇ ਨਾਲ ਅਸਲੀਅਤ ਦੇ ਵਿੱਚ ਅੰਦਰ ਵਾਪਰਿਆ ਕੀ ਹੈ। ਇਹ ਤਾਂ ਸਾਰਿਆਂ ਨੂੰ ਪਤਾ ਸੀ ਵੀ ਉਹਨਾਂ ਨੂੰ ਮਾਰਤਾ, ਖਤਮ ਕਰਤਾ ਗਿਆ, ਪਰ ਇਹ ਨਹੀਂ ਪਤਾ ਵੀ ਇਹਦੇ ਵਿੱਚ ਕਿਸ ਤਰ੍ਹਾਂ ਕੀ ਲਾਤ ਪੈਦਾ ਹੋਏ, ਅੰਦਰ ਕਿਵੇਂ ਉਹਨਾਂ 'ਤੇ ਤਸ਼ੱਦਦ ਹੋਏ, ਤੇ ਨਾ ਹੀ ਕਿਸੇ ਪੁਲਿਸ ਅਫਸਰ ਨੂੰ ਸਜ਼ਾ ਮਿਲੀ। ਉਦੋਂ ਸਵਰਨ ਸਿੰਘ ਘੋਟਣਾ, ਤਿਵਾੜੀ ਸਾਹਿਬ ਦੀ ਰਿਪੋਰਟ ਦੇ ਵਿੱਚ ਸਿੱਟਾ ਉਹਨਾਂ ਨੇ ਕੋਈ 40 ਦੇ ਕਰੀਬ ਜਿਹੜੇ ਆ ਪਿੰਡ ਦੇ ਵਿਟਨੈਸ ਜਿਹੜੇ ਸੀ ਉਹਨਾਂ ਦੀਆਂ ਸਟੇਟਮੈਂਟ, ਜਿਹਨਾਂ ਦੇ ਸਾਹਮਣੇ ਉਹਨਾਂ ਨੂੰ ਚੁੱਕ ਕੇ ਲਿਆ ਸੀ। ਕੁਝ ਵਿਟਨੈਸ ਸੀ ਜਿਹੜੇ ਉਹਨਾਂ ਦੇ ਨਾਲ ਹਵਾਲਾਤ 'ਚ ਰਹੇ ਸੀ, ਕੁਝ ਵਿਟਨੈਸ ਸੀ ਜਿਹੜੇ ਪੁਲਿਸ ਆਫਿਸ਼ਲਸ ਸੀ ਜਿਹਨਾਂ ਦੇ ਕੋਲ ਉਹ ਉਦੋਂ ਉੱਥੇ ਜਾਂਦੇ ਰਹੇ ਸੀ ਇਹ ਸਟਾਫ ਜਾਂ ਹੋਰ ਜਗ੍ਹਾ 'ਤੇ ਉਹਨਾਂ ਨੂੰ ਮਿਲਣ ਲਈ। ਉਹਨਾਂ ਨੇ ਜਿਹੜਾ ਸਿੱਟਾ ਇਹ ਕੱਢਿਆ ਵੀ ਭਾਈ ਸਾਹਿਬ ਨੂੰ 25 ਦਸੰਬਰ 1992 ਨੂੰ ਜਿਹੜਾ ਵਾ ਚੁੱਕਿਆ ਕਰੋ, ਫੜਿਆ ਉਹਨਾਂ ਨੂੰ, ਫਿਰ ਨਜਾਇਜ਼ ਹਿਰਾਸਤ 'ਚ ਰੱਖਿਆ, ਫਿਰ ਉਹਨਾਂ ਦੀ ਕਤਲ ਦੇ ਵਿੱਚ ਅਤੇ ਭੱਜਣ ਬਾਰੇ ਜਿਹੜੇ ਮੁਕੱਦਮੇ ਉਹਨਾਂ ਦੇ ਜਾਲਸਾਜੀ ਕਰਕੇ, ਜਾਲੀ ਕਾਗਜ਼ ਤਿਆਰ ਕਰਕੇ ਉਹਨਾਂ ਨੂੰ ਜਿਹੜਾ ਵਾ ਬਣਾਇਆ ਗਿਆ। ਅਤੇ ਉਹਨਾਂ ਨੇ ਕਿਹਾ ਵੀ FIR ਦਰਜ ਕਰਕੇ ਅਤੇ ਇਹਦੀ ਤਫਤੀਸ਼ ਹੋਣੀ ਚਾਹੀਦੀ ਹੈ ਅਤੇ 173 CRPC ਦੇ ਅਧੀਨ ਜਿਹੜੀ ਹੈ ਫਾਈਨਲ ਰਿਪੋਰਟ ਜਿਹੜੀ ਉਹ ਕੋਰਟ 'ਚ ਦੇਣੀ ਚਾਹੀਦੀ ਹੈ ਅਤੇ ਜਿਹੜੀ ਬਾਕੀ ਅਫਸਰ ਹੋਰ ਜਿਹੜੇ ਹੈਗੇ ਉਹਨਾਂ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਜਿਹੜੀ ਉਹ ਇਕੱਠੀ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਸਜ਼ਾ ਦਵਾਈ ਜਾਣੀ ਚਾਹੀਦੀ ਹੈ। ਦੇਖੋ, ਇਹ ਕਈ ਸਾਲ, ਕਰੀਬ 25 ਸਾਲ ਪਹਿਲਾਂ ਇਹ ਰਿਪੋਰਟ ਆਈ ਸੀ, ਵਾਕਿਆ ਕੋਈ 30 ਸਾਲ ਪੁਰਾਣਾ ਵਾ
ਤੇ 25 ਸਾਲ ਪਹਿਲਾਂ ਦੀ ਰਿਪੋਰਟ ਸੀ। ਰਿਪੋਰਟ ਦਾ ਹਮੇਸ਼ਾ ਹੀ ਆਵਾਜ਼ ਉੱਠਦੀ ਰਹੀ ਅਕਾਲ ਤਖ਼ਤ ਸਾਹਿਬ ਤੋਂ। ਪਿਛਲੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਨੇ ਵੀ ਇੱਕ ਆਦੇਸ਼ ਦਿੱਤਾ ਸੀ ਸਰਕਾਰ ਨੂੰ ਵੀ ਰਿਪੋਰਟ ਪਬਲਿਕ ਕਰਨ। ਫਿਰ ਅਸੀਂ ਲੱਗੇ ਹਾਂ, ਰਿਪੋਰਟ ਸਾਡੇ ਕੋਲ ਜਿਹੜੀ ਅਸੀਂ ਉਹ ਪ੍ਰਾਪਤ ਕੀਤੀ ਅਤੇ ਫਿਰ ਅਸੀਂ ਸਿੰਘ ਸਾਹਿਬ ਨੂੰ ਇੱਕ ਚਿੱਠੀ ਲਿਖਤੀ, ਨਾਲ ਸਾਰੇ ਸਬੂਤ ਲਾ ਕੇ ਕਤਲ ਦੇ ਕੇਸ ਦੇ, ਜਿਹੜੇ ਕੇਸ 'ਚ ਉਹਨਾਂ ਨੂੰ ਭਗੌੜਾ ਵਿਖਾਇਆ ਸੀ ਉਹ ਕੇਸ ਦੇ, ਅਤੇ ਤੀਸਰਾ ਜਿਹੜੀ ਬੀਬੀ ਤਿਵਾੜੀ ਦੀ ਰਿਪੋਰਟ ਜਿਹੜੀ DIGP ਸਿਕਿਉਰਿਟੀ ਜਿਹੜੇ ਸੀ ਉਹਨਾਂ ਦੀ ਰਿਪੋਰਟ ਲਾ ਗਏ ਸੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਨੂੰ, ਕਿਉਂਕਿ ਸਾਨੂੰ ਲੱਗਾ ਵੀ ਐਪਰੋਪ੍ਰੀਏਟ ਅਥਾਰਟੀ ਜਿਹੜੀ ਹੈ ਸਹੀ ਜਗ੍ਹਾ ਉਹ ਅਕਾਲ ਤਖ਼ਤ ਸਾਹਿਬ ਹੀ ਹੈ, ਕਿਉਂਕਿ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ। ਇਸ ਕਰਕੇ ਜਿਹੜਾ ਛੇਤੀ ਐਕਸ਼ਨ ਹੋ ਸਕਦਾ, ਜੇ ਅਸੀਂ ਅੱਜ ਆਪਣੇ ਤੌਰ 'ਤੇ ਅਦਾਲਤਾਂ 'ਚ ਧੱਕੇ ਖਾਈਏ ਜਾਈਏ ਜਾਂ ਪਰਿਵਾਰ ਜਾਵੇ ਤਾਂ ਇਹਨੂੰ ਫਿਰ ਕਈ ਸਾਲ ਲੱਗ ਜਾਣਗੇ। ਸਾਨੂੰ ਇਹ ਜੇ ਅਕਾਲ ਤਖ਼ਤ ਸਾਹਿਬ ਜੇ ਸਟੈਪ ਚੁੱਕਦੇ, ਜੇ ਕੋਈ ਦੇਸ਼ ਦਿੰਦੇ ਆ ਤਾਂ ਉਹ ਜਲਦੀ ਕਾਰਵਾਈ ਹੋ ਸਕਦੀ ਹੈ। ਅਤੇ ਅੱਜ ਸਾਨੂੰ ਜਿਹੜਾ ਵਾ ਪਤਾ ਲੱਗਾ ਵੀ ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਸ਼੍ਰੋਮਣੀ ਕਮੇਟੀ ਨੂੰ, ਫਿਰ ਇਹ FIR ਦਰਜ ਕਰਾ ਕੇ ਅਤੇ ਅਗਲੀ ਕਾਰਵਾਈ ਜਿਹੜੀ ਕਰਨੀ। ਵੇਖੋ 30 ਸਾਲ ਪਹਿਲਾਂ ਦਾ ਕੇਸ ਹੈ, ਜਿਹੜਾ ਮੇਨ ਕਲਪਰੇਟ ਸੀ ਸਵਰਨ ਸਿੰਘ ਘੋਟਣਾ, KPS ਗਿੱਲ, ਉਹ ਮਰ ਚੁੱਕੇ ਆ। ਅਤੇ ਪਰ ਫਿਰ ਵੀ ਹੈਗਾ ਵੀ ਇੱਕ ਲੋਕਾਂ ਦੇ ਲਈ ਇੱਕ ਐਗਜ਼ੈਂਪਲ ਹੁੰਦੀ ਹੈ, ਜੇ ਤੁਸੀਂ ਕ੍ਰਾਈਮ ਕਰੋ ਤੁਸੀਂ ਬਚ ਨਹੀਂ ਸਕਦੇ। ਅਤੇ ਜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਤੁਸੀਂ ਚੁੱਕ ਕੇ ਇਸ ਤਰ੍ਹਾਂ ਮਾਰਤਾ ਤਾਂ ਤੁਹਾਨੂੰ ਕੋਈ ਸਜ਼ਾ ਨਾ ਮਿਲੇ ਅਤੇ ਲੋਕਾਂ 'ਚ ਇੱਕ ਐਗਜ਼ੈਂਪਲ ਵੀ ਨਾ ਜਾਵੇ। ਅਤੇ ਇਸ ਕਰਕੇ ਜਿਹੜੀ ਇਹ ਕੇਸ ਦੇ ਵਿੱਚ ਕਈ ਅਫਸਰ ਜਿਹੜੇ ਸਾਡੇ ਕੋਲ ਜੋ ਜਾਣਕਾਰੀ ਆ, ਹਾਲੇ ਕਾਫੀ ਅਫਸਰ ਜਿਹੜੇ ਜੀਂਦੇ ਆ, ਕੁਝ ਸਰਵਿਸ ਦੇ ਵਿੱਚ ਆ ਅਤੇ ਕੁਝ ਰਿਟਾਇਰ ਹੋ ਚੁੱਕੇ ਆ। ਇਸ ਕਰਕੇ ਜੇ FIR ਦਰਜ ਹੁੰਦੀ ਹੈ ਤਾਂ ਇਹ ਜਿਹੜੇ ਬਾਕੀ ਬਚੇ ਅਫਸਰ ਆ ਉਹਨਾਂ ਨੂੰ ਸਜ਼ਾਵਾਂ ਮਿਲ ਸਕਦੀਆਂ ਇਸ ਕੇਸ 'ਚ।